ਤੇ ਜਿੰਨਾ ਕੁ ਨੱਕ ਚ ਦਮ ਪ੍ਰਗਟ ਸਿੰਘ ਨੇ ਕੀਤਾ ਓਨਾ ਕੁ ਭਗਵੰਤ ਮਾਨ ਨੇ ਕੀਤਾ। ਤੇ ਕਿਤੇ ਨਾ ਕਿਤੇ ਵਿਚਾਰਧਾਰਾ ਰਲਦੀ ਵੀ ਹੈਗੀ ਆ, ਤੇ ਉਹ ਜਦੋਂ ਵਿਚਾਰਧਾਰਾ ਰਲਦੀਆਂ ਹੋਣ ਤੇ ਦਿਲ ਵੀ ਮਿਲਦੇ ਆ। ਹੁਣ ਵੀ ਜੇ ਆਪਾਂ 2.5 ਸਾਲ ਦਾ ਕਾਰਜਕਾਲ ਦੇਖੀਏ ਤੇ ਕਿਤੇ ਭਗਵੰਤ ਮਾਨ ਨੇ ਜ਼ਿਆਦਾ ਪ੍ਰਗਟ ਸਿੰਘ ਦਾ ਖਿਲਾਫ ਨਹੀਂ ਬੋਲਿਆ। ਦੇਖੋ ਪ੍ਰਗਟ ਸਿੰਘ ਕਾਂਗਰਸ ਦੇ ਇੱਕ ਭਵਿੱਖ ਦੇ ਲੀਡਰ ਨਜ਼ਰ ਆ ਰਹੇ ਔਰ ਭਗਵੰਤ ਮਾਨ ਦੀ ਉਹਨਾਂ ਨਾਲ ਵਿਚਾਰਿਕ ਸਾਂਝ ਵੀ ਹੈਗੀ ਆ, ਉਹ ਮੈਂ ਤੁਹਾਨੂੰ ਦੱਸਦਾ ਕਿਵੇਂ ਹੈਗੀ ਆ। ਹੁਣ ਕਿਤੇ ਨਾ ਕਿਤੇ ਮੈਨੂੰ ਆਪਣੇ ਸਾਥ ਮੇਰਾ ਨਹੀਂ ਦੇ ਰਹੇ ਕੋਈ 91 MLA 'ਚੋਂ ਮੈਨੂੰ ਪੁੱਛਣ ਨਹੀਂ ਆ ਰਿਹਾ, ਸੋਸ਼ਲ ਮੀਡੀਆ 'ਤੇ ਮੇਰੀ ਫੋਟੋ ਤੱਕ ਨਹੀਂ ਪਾ ਰਿਹਾ, ਕੋਈ ਅਫਸਰ ਨਹੀਂ ਮੈਨੂੰ ਪੁੱਛ ਰਿਹਾ, ਅਤੇ ਕਿਤੇ ਨਾ ਕਿਤੇ ਹੁਣ ਮੈਂ ਓਪੋਜੀਸ਼ਨ ਤੋਂ ਆਕਸੀਜਨ ਲਵਾਂ। ਪਹਿਲੀ ਲਾਈਨ, ਬਿਨਾਂ ਅਪੁਆਇੰਟਮੈਂਟ ਮਿਲਣਾ, ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈ। ਦੂਜੀ ਗੱਲ, ਪ੍ਰਗਟ ਸਿੰਘ ਨਾਲ ਵਿਚਾਰਿਕ ਸਾਂਝ ਉਹਨਾਂ ਦੀ ਰਲਦੀ ਹੈ। ਪ੍ਰਗਟ ਸਿੰਘ ਹੋਰੀ ਮਿਲ ਕੇ ਬਾਹਰ ਆਉਂਦੇ ਨੇ, ਉਸ ਤੋਂ ਬਾਅਦ ਇੱਕ ਇਸ਼ੂ ਡਿਵਰਟ ਹੋ ਜਾਂਦਾ ਪੰਜਾਬ, ਦਿੱਲੀ ਵਰਸਿਸ ਪੰਜਾਬ। ਹੁਣ ਇਹ ਜਦੋਂ ਤੁਸੀਂ ਪਰਿਵਰਤਨ ਨਹੀਂ ਕਰੋਗੇ, ਪਾਰਟੀਆਂ ਦੀ ਕੁਰਸੀਆਂ 'ਤੇ ਚਿਪਕ ਕੇ ਬਹਿ ਜਾਓਗੇ, ਫਿਰ ਸਰਦਾਰ ਸੁਖਬੀਰ ਸਿੰਘ ਵਰਗਾ ਹਾਲ ਹੁੰਦਾ। ਲੇਕਿਨ ਜੋ ਇਸ਼ਾਰੇ ਦੱਸਦੇ ਪਏ ਆ, ਜੋ ਸਰਕਮਸਟਾਂਸਿਸ ਮਾਹੌਲ ਦੱਸਦੇ ਪਏ ਆ, ਜਦੋਂ 4 ਦਿਨ ਅਲੱਗ ਥਲੱਗ ਪੈ ਗਏ, ਆਪਣੀ ਪਾਰਟੀ ਨੇ ਨਹੀਂ ਸਾਥ ਦਿੱਤਾ, ਫਿਰ ਸਹਾਰਾ ਤਾਂ ਕਿਸੇ ਦਾ ਲੈਣਾ ਹੀ ਪੈਂਦਾ। ਸਿਆਸਤ ਇੱਕ ਇੱਦਾਂ ਦੀ ਚੀਜ਼ ਹੈ ਜਿਸ ਕਾ ਰਾਜ ਉਸਕੋ ਸਲਿਊਟ, ਬਿਊਰੋਕਰੇਸੀ ਵੀ ਉੱਥੇ ਖੜੀ ਹੋ ਜਾਂਦੀ ਹੈ ਵੀ ਜੇ CM ਬਦਲ ਰਿਹਾ ਤਾਂ ਅਸੀਂ ਉੱਧਰ ਦੇਖਣਾ ਸ਼ੁਰੂ ਕਰੀਏ, ਕਿਉਂਕਿ ਉਹ ਸਰਕਾਰ ਦੇ ਪੁੱਤ। ਜਿਹੜਾ ਪਾਰਟੀ ਨੂੰ MLA ਨੇ ਜਿਤਾਇਆ, ਉਹ ਜਾ ਕੇ ਰੋਣਗੇ ਨਾ MLA, ਬਈ ਅਸੀਂ ਅਗਲੀ ਵਾਰੀ ਵੀ ਜਿੱਤਣਾ ਜੀ, ਲੋਕਾਂ 'ਚ ਕਿੱਦਾਂ ਵੋਟ ਮੰਗਾਂਗੇ। ਫਿਰ ਉੱਥੇ ਆ ਕੇ ਪਾਰਟੀ ਨੂੰ ਡਿਸੀਜਨ ਲੈਣੇ ਪੈਂਦੇ ਆ ਕਿ ਮੁੱਖ ਮੰਤਰੀ ਚੇਂਜ ਕਰ ਦਿਓ। CM ਭਗਵੰਤ ਮਾਨ ਲੰਘੇ ਦਿਨ ਤੱਕ ਤਾਂ ਹਸਪਤਾਲ ਦੇ ਵਿੱਚ ਦਾਖਲ ਸਨ, ਲੰਘੇ ਕੱਲ੍ਹ ਉਹ ਵਾਪਸ ਆਪਦੇ ਘਰ ਪਹੁੰਚੇ, ਹਸਪਤਾਲ ਤੋਂ ਉਹਨਾਂ ਨੂੰ ਛੁੱਟੀ ਮਿਲ ਗਈ। ਜਦੋਂ ਹਸਪਤਾਲ ਸੀ ਉਸ ਵੇਲੇ ਬੜੀ ਤਰ੍ਹਾਂ ਦੀਆਂ ਖਬਰਾਂ ਚੱਲੀਆਂ, ਬਹੁਤ ਚੀਜ਼ਾਂ, ਬਹੁਤ ਮਸਲੇ ਲੋਕਾਂ ਨੇ ਚੱਕੇ ਔਰ ਖਾਸ ਕਰਕੇ ਵਿਰੋਧੀ ਡੱਟ ਕੇ ਬੋਲੇ। ਵਿਰੋਧੀਆਂ ਦੀ ਗੱਲ ਚੱਲਦੀ ਹੈ ਤਾਂ ਲੰਘੇ ਕੱਲ੍ਹ ਇੱਕ ਇਹ ਵੀ ਵਿਵਾਦ ਚੱਲ ਪਿਆ ਕਿ ਅਚਾਨਕ ਜਦੋਂ ਪ੍ਰਗਟ ਸਿੰਘ CM ਭਗਵੰਤ ਮਾਨ ਨੂੰ ਉੱਥੇ ਮਿਲ ਕੇ ਆਏ ਅਤੇ ਉਸ ਤੋਂ ਬਾਅਦ ਤਾਂ ਇੰਟਰਨੈੱਟ ਦੇ ਉੱਤੇ ਸੋਸ਼ਲ ਮੀਡੀਆ ਪੋਸਟਸ ਦਾ ਤਾਂਤਾ ਲੱਗ ਗਿਆ, ਇੱਥੋਂ ਤੱਕ ਕਿ CM ਭਗਵੰਤ ਮਾਨ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗ ਗਿਆ। ਅਤੇ ਉਸ ਤੋਂ ਪਹਿਲਾਂ ਐਂ ਦਾ ਕੁਝ ਵੀ ਨਹੀਂ ਸੀ, ਉਸ ਤੋਂ ਪਹਿਲਾਂ ਤਾਂ ਐਂ ਜਿਵੇਂ ਸੋਕਾ ਪਿਆ ਸੀ, ਅੰਦਰੋਂ ਖਬਰਾਂ ਇਹ ਵੀ ਸੀ ਕਿ ਭਾਈ CM ਭਗਵੰਤ ਮਾਨ ਨੇ ਮਨਾ ਕੀਤਾ ਨਹੀਂ ਕੀਤਾ, ਪ੍ਰਗਟ ਸਿੰਘ ਫਿਰ ਕਿਵੇਂ ਚਲੇ ਗਏ, ਕਿਉਂ ਗਏ, ਕੀ ਗੱਲਾਂ ਹੋਈਆਂ, ਉਹਦੇ ਬਾਰੇ ਵਿਸਥਾਰਪੂਰਵਕ ਗੱਲ ਕਰਨੀ ਬਹੁਤ ਜ਼ਰੂਰੀ ਹੈ, ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਉਸੇ ਚਰਚਾ ਵਾਸਤੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ। ਡਾਕਟਰ ਸਾਹਿਬ, ਸਮਾਂ ਦਿੱਤਾ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਲੰਘੇ ਕੱਲ੍ਹ ਪ੍ਰਗਟ ਸਿੰਘ ਦਾ ਮਾਮਲਾ ਸਾਹਮਣੇ ਆ ਗਿਆ, ਉਹਨਾਂ ਦਾ ਬਿਆਨ ਸਾਹਮਣੇ ਆ ਗਿਆ, CM ਭਗਵੰਤ ਮਾਨ ਨੂੰ ਮਿਲ ਕੇ ਆਏ, ਉਹ ਮੁਲਾਕਾਤ ਦੇ ਉੱਤੇ ਪਹਿਲਾਂ ਗੱਲ ਕਰਦੇ ਹਾਂ ਫਿਰ ਅੱਗੇ ਵੱਧਦੇ ਹਾਂ, ਤੁਸੀਂ ਕਿਵੇਂ ਦੇਖਦੇ ਹੋ ਉਸ ਮੁਲਾਕਾਤ? ਦੇਖੋ, ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਔਰ ਸਰਦਾਰ ਪ੍ਰਗਟ ਸਿੰਘ ਜਿਹੜੇ ਆ ਉਹ ਵਿਧਾਇਕ ਨੇ, ਤੀਜੀ ਵਾਰ ਵਿਧਾਇਕ ਨੇ, ਅਤੇ ਪ੍ਰੋਟੋਕੋਲ ਵੀ ਬਣਦਾ ਕਿ ਪੰਜਾਬ ਦੇ ਮੁੱਖ ਮੰਤਰੀ ਅਗਰ ਹਸਪਤਾਲ ਦਾਖਲ ਹੈ, ਭਾਈਚਾਰਾ ਵੀ ਹੁੰਦਾ ਕਿਉਂਕਿ ਪ੍ਰਗਟ ਸਿੰਘ ਸੁਲਝੇ ਹੋਏ ਜਿਹੜੇ ਨਾ ਲੀਡਰ, ਮੈਂ ਉਹਨਾਂ ਨੂੰ ਮੰਨਦਾ। ਪਹਿਲਾਂ ਜਦੋਂ ਇਹ ਹਾਕੀ ਦੇ ਪਲੇਅਰ ਸੀਗੇ, ਬਾਅਦ 'ਚ ਪੁਲਿਸ ਅਫਸਰ ਬਣੇ, ਉਦੋਂ ਇਹ ਥੋੜ੍ਹਾ ਗਰਮ ਖਿਆਲੀ ਆ, ਗਰਮ ਸੁਭਾਅ ਦੇ ਸੀਗੇ ਕਿ ਵੇਰ ਦੇਣਾਗਾ, ਪਰ ਜਦੋਂ ਤੁਸੀਂ ਸਿਆਸਤ 'ਚ ਆ ਜਾਂਦੇ ਹੋ ਨਾ, ਫਿਰ ਤੁਹਾਨੂੰ ਆਪਣੇ ਆਪ 'ਚ ਬਦਲਾਅ ਕਰਨਾ ਪੈਂਦਾ। ਔਰ ਇਹਦੇ 'ਚ ਕੋਈ ਸ਼ੱਕ ਵੀ ਹੈ ਨਹੀਂ ਕਿ ਉਹਨਾਂ ਦੀ ਭਗਵੰਤ ਮਾਨ ਦੇ ਨਾਲ ਨੇੜਤਾ ਵੀ ਹੈਗੀ ਆ, ਕਿਉਂਕਿ ਜਦੋਂ 2017 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਅਤੇ ਇੱਕ ਪਾਸੇ ਬਾਜਾ ਉਹਦਾ ਪ੍ਰਗਟ ਸਿੰਘ ਹੋਰੀ ਵਜਾਉਂਦੇ ਸੀ ਅਤੇ ਦੂਜੇ ਪਾਸੇ ਉਹ ਭਗਵੰਤ ਮਾਨ ਵਜਾਉਂਦਾ ਸੀ,
ਅਤੇ ਮੇਰਾ ਖਿਆਲ ਸਰਦਾਰ ਪ੍ਰਗਟ ਸਿੰਘ ਨੇ ਸਾਢੇ ਚਾਰ ਸਾਲ ਨੱਕ 'ਚ ਦਮ ਕਰਕੇ ਰੱਖਿਆ ਕੈਪਟਨ ਅਮਰਿੰਦਰ ਸਿੰਘ ਨੇ, ਅਤੇ ਜਿੰਨਾ ਕੁ ਨੱਕ 'ਚ ਦਮ ਪ੍ਰਗਟ ਸਿੰਘ ਨੇ ਕੀਤਾ ਉਨਾ ਕੁ ਭਗਵੰਤ ਮਾਨ ਨੇ ਕੀਤਾ। ਅਤੇ ਕਿਤੇ ਨਾ ਕਿਤੇ ਵਿਚਾਰਧਾਰਾ ਰਲਦੀ ਵੀ ਹੈਗੀ ਹੈ, ਅਤੇ ਉਹ ਜਦੋਂ ਵਿਚਾਰਧਾਰਾ ਰਲਦੀਆਂ ਹੋਣ ਫਿਰ ਦਿਲ ਵੀ ਮਿਲਦੇ ਆ। ਹੁਣ ਵੀ ਜੇ ਆਪਾਂ 2.5 ਸਾਲ ਦਾ ਕਾਰਜਕਾਲ ਦੇਖੀਏ ਤਾਂ ਕਿਤੇ ਭਗਵੰਤ ਮਾਨ ਨੇ ਜ਼ਿਆਦਾ ਪ੍ਰਗਟ ਸਿੰਘ ਦਾ ਖਿਲਾਫ਼ ਨਹੀਂ ਬੋਲਿਆ, ਅਤੇ ਪ੍ਰਗਟ ਸਿੰਘ ਨੇ ਮੁੱਦਿਆਂ 'ਤੇ ਗੱਲ ਕੀਤੀ ਜਦੋਂ ਕੀਤੀ। ਚਲੋ ਮੁੱਦਿਆਂ ਦੀ ਜਿਹੜਾ ਗੱਲ ਕਰਦਾ ਉਹਦੇ ਲਈ ਤਾਂ ਪੰਜਾਬ ਦੇ ਜਿੰਨੇ ਬਸ਼ਿੰਦੇ ਨੇ ਉਹਨਾਂ ਦੇ ਦਰਵਾਜ਼ੇ ਊਂ ਹੀ ਖੁੱਲ੍ਹੇ ਨੇ। ਅਤੇ ਜਿਹੜਾ ਉਹਨੇ ਹੋ ਜਿਹੜੀ ਦੇਖੋ ਇੱਕ ਦਿਲ ਦਾ ਲਗਾਵ ਵੀ ਹੋ ਜਾਂਦਾ, ਅਤੇ ਨਾਲੇ ਪੰਜਾਬ ਦੀ ਸਿਆਸਤ ਹੈ ਇੱਥੇ ਉਹ ਪੋਜੀਸ਼ਨ ਤੋਂ ਕੰਮ ਸ਼ੁਰੂ ਹੁੰਦਾ। ਇੱਥੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੇ ਜਾਂ ਸਰਦਾਰ ਸੁਖਬੀਰ ਸਿੰਘ ਦੀ ਰਹੇ, ਇਹਨਾਂ ਨੇ ਓਪੋਜੀਸ਼ਨ ਨੂੰ ਜ਼ਿਆਦਾ ਥਾਪੜਾ ਦਿੱਤਾ ਹੁੰਦਾ ਸੀ। ਇਹ ਤੁਹਾਨੂੰ ਮੈਂ ਗੱਲ ਸੁਣਾਉਣਾ ਇੱਕ ਵਾਰ ਦੀ। ਜਦੋਂ ਭਾਰਤੀ ਜਨਤਾ ਪਾਰਟੀ ਦਾ ਅਤੇ ਅਕਾਲੀ ਦਲ ਦਾ ਪੰਜਾਬ 'ਚ ਗਠਬੰਧਨ ਸੀ, ਅਤੇ ਕਮਲ ਸ਼ਰਮਾ ਪੰਜਾਬ ਦੇ BJP ਦੇ ਪ੍ਰੈਜੀਡੈਂਟ ਹੁੰਦੇ ਸੀ, ਪ੍ਰਧਾਨ ਸੀਗੇ, ਬੜੇ ਮਤਲਬ ਜ਼ਮੀਨੀ ਪੱਧਰ ਤੋਂ ਉੱਠੇ ਹੋਏ ਪ੍ਰਧਾਨ ਆ। ਮੈਂ ਉਹਨਾਂ ਨੂੰ ਸਮਝਦਾ ਕਿ BJP 'ਚ ਉਹਨਾਂ ਵਰਗਾ ਸਿਆਣਾ ਲੀਡਰ ਜਿਹੜਾ ਕੋਈ ਕੱਦਾਵਰ ਹੋਵੇ ਤਾਂ ਮੁਸ਼ਕਲ ਹੈ, ਲੇਕਿਨ ਮਨੋਰੰਜਨ ਕਾਲੀਆ ਹਾਂ ਉਹਨਾਂ ਦੇ ਮੰਨਦਾ ਕਿ ਉਹਨਾਂ ਤੋਂ ਥੋੜ੍ਹੀ ਵਿਚਾਰਧਾਰਾ ਵਾਲੇ ਉੱਪਰ ਹੋਣਗੇ। ਉਹਨਾਂ ਨੇ ਇੱਕ ਵਾਰ ਜਿਹੜਾ ਅਕਾਲੀ ਦਲ ਅਤੇ BJP ਦੇ ਵਿੱਚ ਨਾ ਵਿਚਾਰਿਕ ਮਤਭੇਦ ਸ਼ੁਰੂ ਹੋ ਗਏ। ਕੁਛ ਵਿਚਾਰਿਕ ਮਤਭੇਦ ਇੱਦਾਂ ਦੇ ਸੀਗੇ ਬਈ ਜਿਹੜੇ ਜੱਗ ਜ਼ਾਹਰ ਨਹੀਂ ਕੀਤੇ ਜਾ ਸਕਦੇ ਸੀਗੇ। ਉਸ ਤੋਂ ਬਾਅਦ ਕਮਲ ਸ਼ਰਮਾ ਹੋਰਾਂ ਨੇ ਸੁਖਬੀਰ ਬਾਦਲ 'ਤੇ ਦਬਾਅ ਬਣਾਉਣਾ ਸ਼ੁਰੂ ਕਰਤਾ। ਅੱਛਾ, ਸੁਖਬੀਰ ਬਾਦਲ ਵੀ ਮੰਝਿਆ ਪੋਲੀਟੀਸ਼ੀਅਨ ਸੀਗਾ, ਉਹ ਕਹਿੰਦਾ ਯਾਰ ਇਹਦੀ ਆਵਾਜ਼ ਕਿੱਦਾਂ ਬੰਦ ਕਰਾਈਏ। ਦੇਖੋ ਪੰਜਾਬ ਦੀ ਖੁਫੀਆ ਏਜੰਸੀ ਦੀ ਰਿਪੋਰਟ, ਜਿਹੜਾ ਕਮਲ ਸ਼ਰਮਾ ਦੇ ਵਿਰੋਧ 'ਚ ਖੜਾ ਵਾ ਲੀਡਰ ਕਾਂਗਰਸ ਦਾ ਪਰਮਿੰਦਰ ਸਿੰਘ ਪਿੰਕੀ, ਉਹਦੇ ਕੋਲ ਪਹੁੰਚ ਜਾਂਦੀ। ਪੰਜਾਬ ਦੀ ਇੰਟੈਲੀਜੈਂਸ ਜਿਹਨੂੰ ਕੰਟਰੋਲ ਸਰਦਾਰ ਸੁਖਬੀਰ ਸਿੰਘ ਬਾਦਲ ਕਰਦੇ ਸੀ, ਉਸ ਡਿਪਾਰਟਮੈਂਟ ਦੀ ਰਿਪੋਰਟ ਨਿਕਲ ਕੇ ਪਹੁੰਚ ਜਾਂਦੀ ਹੈ ਪਰਮਿੰਦਰ ਸਿੰਘ ਪਿੰਕੀ, ਜਿਹੜੇ ਫਿਰੋਜ਼ਪੁਰ ਤੋਂ ਕਾਂਗਰਸ ਦੇ ਵਿਧਾਇਕ ਸਨ। ਉਹ ਪ੍ਰੈਸ ਕਾਨਫਰੰਸ ਕਰਦੇ ਨੇ, ਦੇਖੋ ਜੀ ਕਮਲ ਸ਼ਰਮਾ ਦੇ ਖਿਲਾਫ਼ ਇੱਕ ਖੁਫੀਆ ਰਿਪੋਰਟ ਹੈ, ਇਹਨਾਂ ਦੇ ਡਰੱਗ ਨੈਕਸਸ ਦੇ ਵਿੱਚ ਸੰਬੰਧ ਨੇ। ਉਹਨਾਂ ਦੇ PA ਨੇ ਫੋਨ ਕੀਤੇ ਸੀ ਕਿਸੇ ਨੂੰ ਛੁਡਾਉਣ ਲਈ, ਅਤੇ ਉਸ ਤੋਂ ਬਾਅਦ ਇੰਟੈਲੀਜੈਂਸ ਦੀ ਰਿਪੋਰਟ ਬਣ ਕੇ ਵਾ। ਉਸ ਰਿਪੋਰਟ ਤੋਂ ਬਾਅਦ ਇਹ ਹਸ਼ਰ ਹੋਇਆ ਕਿ ਕਮਲ ਸ਼ਰਮਾ ਸਿਆਸਤ 'ਚ ਬਹੁਤ ਪਿੱਛੇ ਅਲੱਗ ਥਲੱਗ ਹੋ ਗਏ, ਵੀ ਅਕਾਲੀ ਦਲ 'ਤੇ ਦਬਾਅ ਬਣਾਉਣਾ ਬੰਦ ਕਰਤਾ। ਇਹ ਸਿਆਸਤ ਹੁੰਦੀ ਹੈ, ਓਪੋਜੀਸ਼ਨ ਨੂੰ ਕਿਵੇਂ ਵਰਤਣਾ। ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵਰਤਿਆ। ਖੈਰਾ ਜਦੋਂ ਓਪੋਜੀਸ਼ਨ 'ਚ ਲੀਡਰ ਸੀਗੇ ਅਤੇ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਆਪਣਾ ਉੱਥੋਂ ਵਿਧਾਨ ਸਭਾ ਦਾ, ਸਪੀਕਰ ਨੇ ਉਹਦਾ ਅਸਤੀਫਾ ਕਿੰਨੇ ਦੇਰ ਜਿਹੜਾ ਵਾ ਉਹ ਪ੍ਰਵਾਨ ਹੀ ਨਹੀਂ ਕੀਤਾ, ਅਤੇ ਇੱਥੇ ਸ਼ੀਤਲ ਅੰਗਰਾਲ ਦਾ ਦਿਨਾਂ 'ਚ ਕਰ ਲਿਆ। ਠੀਕ ਹੈ ਨਾ, ਇਹ ਸਿਆਸਤ ਜਿਹੜੀ ਹੈ ਨਾ ਓਪੋਜੀਸ਼ਨ ਦੇ ਲੀਡਰਾਂ ਨਾਲ ਕਿਤੇ ਨਾ ਕਿਤੇ ਇੰਟੀਮੇਸੀ ਅਤੇ ਇਸ਼ਾਰਿਆਂ ਨਾਲ ਚੱਲਦੀ ਹੈ। ਵਿਧਾਨ ਸਭਾ ਵੀ ਚਲਾਉਣੀ ਹੁੰਦੀ, ਸੂਬਾ ਵੀ ਚਲਾਉਣਾ ਹੁੰਦਾ, ਔਰ ਕਿਤੇ ਜਿਹੜਾ ਹੁਣ ਦਾ ਸਨੈਰੀਓ ਬਣਿਆ, ਜਿਹੜੀ ਮੇਰੀ ਮੇਰਾ ਆਪਣੀ ਸੋਚ ਸਮਝ ਆ, ਹੋ ਸਕਦਾ ਇਹਦੇ ਨਾਲ ਕੋਈ ਸਾਂਝੀ ਹੋਵੇ ਨਾ ਹੋਵੇ। ਦੇਖੋ ਪ੍ਰਗਟ ਸਿੰਘ ਕਾਂਗਰਸ ਦੇ ਇੱਕ ਭਵਿੱਖ ਦੇ ਲੀਡਰ ਨਜ਼ਰ ਆ ਰਹੇ ਆ, ਔਰ ਭਗਵੰਤ ਮਾਨ ਦੀ ਉਹਨਾਂ ਨਾਲ ਵਿਚਾਰਿਕ ਸਾਂਝ ਵੀ ਹੈਗੀ ਆ, ਉਹ ਮੈਂ ਤੁਹਾਨੂੰ ਦੱਸਦਾ ਕਿਵੇਂ ਹੈਗੀ ਆ। ਔਰ ਜਦੋਂ 4 ਦਿਨ ਭਗਵੰਤ ਮਾਨ ਨੂੰ ਲੱਗਿਆ ਕਿ ਮੈਨੂੰ ਪੰਜਾਬ ਦਾ ਕੋਈ ਅਫਸਰ, ਕੋਈ MLA, ਕੋਈ ਮੰਤਰੀ ਮਿਲਣ ਨਹੀਂ ਆਇਆ, ਅਤੇ ਪ੍ਰਗਟ ਸਿੰਘ ਅਚਾਨਕ ਜਾਂਦੇ ਨੇ ਅਤੇ ਬਿਨਾਂ ਅਪੁਆਇੰਟਮੈਂਟ ਤੋਂ,
ਬਿਨਾਂ ਅਪੁਆਇੰਟਮੈਂਟ ਤੋਂ ਜਾਂਦੇ ਨੇ, ਉਹਨਾਂ ਨੂੰ ਕੋਈ ਅਪੁਆਇੰਟਮੈਂਟ ਨਹੀਂ ਲੈਂਦੇ ਉਹ, ਅਤੇ ਉੱਥੇ ਜਾ ਕੇ ਅੱਧਾ ਘੰਟਾ ਬੈਠ ਕੇ ਸੀਐਮ ਕੋਲ ਆ ਜਾਂਦੇ ਨੇ। ਅਤੇ ਮੈਨੂੰ ਲੱਗਦਾ ਕਿ ਸੀਐਮ ਤਾਂ ਭਗਵੰਤ ਮਾਨ ਤਾਂ ਐਮਐਲਏ ਨੂੰ ਤਾਂ ਜ਼ਿਆਦਾ ਟਾਈਮ ਦਿੰਦੇ ਨਹੀਂ ਸੀਗੇ, ਉਹਨਾਂ ਦੇ ਜਿਹੜੇ ਹੋਰ ਨਾਲ ਲਾਗੇ ਛਾਗੇ ਦੇ ਲੋਕ ਨੇ ਉਹ ਵੱਡੇ ਵੱਡੇ ਲੋਕ ਅਪੁਆਇੰਟਮੈਂਟ ਮੰਗਦੇ ਸੀ, ਉਹਨਾਂ ਨੂੰ ਨਹੀਂ ਮਿਲਦੀ ਸੀ। ਅਤੇ ਇਹ ਸਿੱਧਾ ਜਿਹੜਾ ਜਾਣਾ, ਇਹ ਵੀ ਆਪਣੇ ਆਪ 'ਚ ਇੱਕ ਜਿਹੜਾ ਵਾ ਉਹ ਇਸ਼ਾਰਾ ਕਰਦਾ ਕਿ ਕਿਤੇ ਨਾ ਕਿਤੇ ਭਗਵੰਤ ਮਾਨ ਨੂੰ ਲੱਗਿਆ ਕਿ ਬਈ ਮੈਂ ਅਲੱਗ ਥਲੱਗ ਪੈਣਾ ਪਿਆ, ਹੁਣ ਕਿਤੇ ਨਾ ਕਿਤੇ ਮੈਨੂੰ ਆਪਣੇ ਸਾਥ ਮੇਰਾ ਨਹੀਂ ਦੇ ਰਹੇ, ਕੋਈ 91 MLA 'ਚੋਂ ਮੈਨੂੰ ਪੁੱਛਣ ਨਹੀਂ ਆ ਰਿਹਾ, ਸੋਸ਼ਲ ਮੀਡੀਆ 'ਤੇ ਮੇਰੀ ਫੋਟੋ ਤੱਕ ਨਹੀਂ ਪਾ ਰਿਹਾ, ਕੋਈ ਅਫਸਰ ਨਹੀਂ ਮੈਨੂੰ ਪੁੱਛ ਰਿਹਾ, ਅਤੇ ਕਿਤੇ ਨਾ ਕਿਤੇ ਹੁਣ ਮੈਂ ਓਪੋਜੀਸ਼ਨ ਤੋਂ ਆਕਸੀਜਨ ਲਵਾਂ। ਉਹ ਆਕਸੀਜਨ ਜਿੱਦਾਂ ਹੀ ਪ੍ਰਗਟ ਸਿੰਘ ਹੋਰਾਂ ਨੇ ਦਿੱਤੀ ਭਗਵੰਤ ਮਾਨ ਨੂੰ, ਉਹਦੇ ਨਾਲ ਹੋ ਸਕਦਾ ਇਹਦੇ 'ਚ ਸਵਾਲ ਵੀ ਖੜ੍ਹੇ ਹੋ ਰਹੇ ਨੇ ਕਿ ਹੋ ਸਕਦਾ ਸੀਐਮ ਦੀ ਆਪਣੀ ਵਿਚਾਰ ਹੋਵੇ ਕਿ ਹੁਣ ਓਪੋਜੀਸ਼ਨ ਨੂੰ ਬੁਲਾ ਲਓ। ਚਾਹੁੰਦਾ ਕਿਉਂਕਿ ਇਹ ਦੋ ਗੱਲਾਂ ਆ ਜਾਂਦੀਆਂ ਇੱਥੇ, ਇੱਕ ਹੈਗੀ ਕਿ ਪ੍ਰਗਟ ਸਿੰਘ ਨੇ ਆਕਸੀਜਨ ਦਿੱਤੀ, ਦੂਜਾ ਹੈਗਾ ਕਿ ਸੀਐਮ ਚਾਹੁੰਦੇ ਸੀਗੇ, ਹੁਣ ਇਹ ਦੋਵੇਂ ਕੋਰਲੇਟ ਕਿਵੇਂ ਕੀਤੇ? ਕੋਰਲੇਟ ਇਵੇਂ ਹੁੰਦੇ ਨਾ ਜੀ, ਇੱਕ ਤਾਂ ਪ੍ਰਗਟ ਸਿੰਘ ਨੂੰ ਬਿਨਾਂ ਅਪੁਆਇੰਟਮੈਂਟ ਮਿਲਣਾ, ਪਹਿਲੀ ਲਾਈਨ ਬਿਨਾਂ ਅਪੁਆਇੰਟਮੈਂਟ ਮਿਲਣਾ, ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈ। ਦੂਜੀ ਗੱਲ, ਪ੍ਰਗਟ ਸਿੰਘ ਨਾਲ ਵਿਚਾਰਿਕ ਸਾਂਝ ਉਹਨਾਂ ਦੀ ਰਲਦੀ ਆ, ਠੀਕ ਹੈ। ਤੀਜੀ ਗੱਲ, ਇਹ 4 ਦਿਨਾਂ 'ਚ ਉਹਨਾਂ ਨੂੰ ਕੋਈ ਪੁੱਛਣ ਨਹੀਂ ਗਿਆ ਹੋਸਪਿਟਲ, ਠੀਕ ਹੈ। ਔਰ ਚੌਥੀ ਗੱਲ, ਜਿਵੇਂ ਪ੍ਰਗਟ ਸਿੰਘ ਹੋਰੀ ਮਿਲ ਕੇ ਬਾਹਰ ਆਉਂਦੇ ਨੇ, ਉਸ ਤੋਂ ਬਾਅਦ ਇੱਕ ਇਸ਼ੂ ਡਿਵਰਟ ਹੋ ਜਾਂਦਾ, ਪੰਜਾਬ ਦਾ ਇਸ਼ੂ ਡਿਵਰਟ ਹੋ ਜਾਂਦਾ, ਦਿੱਲੀ ਵਰਸਿਸ ਪੰਜਾਬ, ਦਿੱਲੀ ਵਰਸਿਸ ਭਗਵੰਤ ਮਾਨ ਨਹੀਂ ਹੁੰਦਾ, ਦਿੱਲੀ ਵਰਸਿਸ ਪੰਜਾਬ ਸ਼ੁਰੂ ਹੋ ਜਾਂਦਾ। ਯਾਰ ਪੰਜਾਬੀ ਹਾਰ ਜਾਣਗੇ, ਦਿੱਲੀ ਵਾਲੇ ਤਗੜੇ ਹੋ ਜਾਣਗੇ, ਇਹ ਇਸ਼ੂ ਬਣਾ ਦਿੱਤਾ ਗਿਆ। ਜਿੱਦਾਂ ਹੀ ਇਸ਼ੂ ਡਿਵਰਟ ਹੋਣਾ ਸ਼ੁਰੂ ਹੋਇਆ, ਹਾਈਕਮਾਨ ਨੂੰ ਲੱਗਿਆ ਕਿ ਇਹ ਸ਼ਰਾਰਤ ਹੋ ਰਹੀ ਹੈ ਜਾਂ ਇਹ ਇੱਕ ਰਾਜਨੀਤਿਕ ਸ਼ਤਰੰਜ ਖੇਡੀ ਗਈ ਹੈ, ਨਾਲ ਹੀ ਸੰਦੀਪ ਪਾਠਕ ਜਿਹੜੇ ਕਿ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੇ ਚਨੱਕਿਆ ਨੇ, ਸਮਝਦਾਰ ਨੇ, ਬਹੁਤ ਤਗੜੇ ਪੜ੍ਹੇ ਲਿਖੇ ਨੇ ਔਰ ਡੈਡੀਕੇਟਿਡ ਨੇ, ਜਿਨ੍ਹਾਂ ਦੇ ਸਰਵੇ ਜਿਹੜੇ ਆ, ਮੈਂ ਸਮਝਦਾ ਕਿ ਸੰਦੀਪ ਪਾਠਕ ਦੇ ਸਰਵੇ ਜਿਹੜੇ ਪ੍ਰਸ਼ਾਂਤ ਕਿਸ਼ੋਰ ਨੂੰ ਕ੍ਰੋਸ ਕਰਦੇ ਆ, ਜਿਹੜਾ ਮੈਂ ਉਹਨਾਂ ਦੇ ਸਰਵੇ ਹਮੇਸ਼ਾ ਦੇਖਦਾ ਚੋਣਾਂ ਤੋਂ ਪਹਿਲਾਂ ਦੇ, ਉਹ ਕ੍ਰੋਸ ਕਰਦੇ ਆ, ਅਤੇ ਉਹ ਸਮਝ ਜਾਂਦੇ ਆ ਕਿ ਪੰਜਾਬ ਦੇ ਵਿੱਚ ਇਹ ਇੱਕ ਇਸ਼ੂ ਖੜ੍ਹਾ ਕਰਨ ਲੱਗੇ ਨੇ, ਦਿੱਲੀ ਵਰਸਿਸ ਪੰਜਾਬ, ਇਹਦੇ ਨਾਲ ਸਾਡੀ ਛਵੀ ਖਰਾਬ ਹੋਏਗੀ। ਔਰ ਉਹ ਉਸ ਤੋਂ ਬਾਅਦ ਜਾਂਦੇ ਆ, ਉਸ ਤੋਂ ਬਾਅਦ ਸਾਰੀ ਸਰਕਾਰ ਜਿਹੜੀ ਆ ਤੁਰ ਜਾਂਦੀ ਆ, ਹਰਪਾਲ ਚੀਮਾ ਵੀ ਜਾਂਦੇ ਨੇ, ਬਾਕੀ ਵੀ ਜਾਂਦੇ ਨੇ, ਮਿਲ ਆਉਂਦੇ ਨੇ, ਉਸ ਤੋਂ ਨਾਲ ਹੀ ਤੁਸੀਂ ਸੀਐਮ ਨੂੰ ਛੁੱਟੀ ਮਿਲ ਜਾਂਦੀ ਹੈ ਅਤੇ ਨਾ ਵੀ ਸੀਐਮ ਸਾਹਿਬ ਸਰਕਾਰੀ ਮੀਟਿੰਗ ਕਰਨ ਲੱਗ ਪੈਂਦੇ ਆ। ਮਤਲਬ ਕਹਿਣ ਦਾ ਮਤਲਬ ਨਾਲ ਹੀ ਛੁੱਟੀ ਮਿਲਦੀ ਹੈ ਅਤੇ ਨਾਲ ਹੀ ਸੀਐਮ ਸਾਹਿਬ ਸਰਕਾਰੀ ਮੀਟਿੰਗ ਬੁਲਾ ਲੈਂਦੇ, ਸਭ ਕੁਛ ਸਹੀ ਹੋ ਜਾਂਦਾ। ਸੋ ਇਹ ਪੰਜਾਬ ਦੇ ਲੋਕ ਹੁਣ ਤਾਂ ਪੁਰਾਣਾ ਦੌਰ ਨਹੀਂ ਆ, ਹੁਣ ਤਾਂ ਚੀਜ਼ਾਂ ਨੂੰ ਸਮਝਦੇ ਨੇ, ਲੇਕਿਨ ਗੱਲ ਇਹ ਆਉਂਦੀ ਹੈ ਕਿ ਜਿਹੜੀ ਗੱਲ ਸੁਖਪਾਲ ਖਹਿਰਾ ਹੋਰਾਂ ਨੇ ਵੀ ਕਹੀ, ਬਈ ਦਿੱਲੀ ਵਾਲੇ ਆ ਰਹੇ ਨੇ, ਪ੍ਰਗਟ ਸਿੰਘ ਹੋਰਾਂ ਨੇ ਵੀ ਕਹੀ ਦਿੱਲੀ ਵਾਲੇ ਆ ਰਹੇ ਨੇ, ਔਰ ਮੈਨੂੰ ਜੋ ਆਪਣੇ ਆਪ 'ਤੇ ਗੱਲ ਆਉਂਦਾ ਹੈ ਕਿ ਪੰਜਾਬ ਦੇ ਵਿੱਚ ਇਹ ਇਸ਼ੂ ਨੂੰ ਖੜ੍ਹਾ ਕੀਤਾ ਗਿਆ, ਇਹਦੇ ਨਾਲ ਹੀ ਥੋੜ੍ਹਾ ਜਿਹੜਾ ਭਗਵੰਤ ਮਾਨ ਦੀ ਕੁਰਸੀ ਨੂੰ ਰਿਲੀਫ ਮਿਲਿਆ। ਅਦਰਵਾਈਜ਼ ਤਾਂ ਜੋ ਮੈਨੂੰ ਸੋਰਸਿਸ ਦੱਸਦੇ ਆ ਕਿ ਪਲੈਨ
ਹੋ ਚੁੱਕਾ ਸੀ ਕਿਉਂਕਿ ਦੇਖੋ 2.5 ਸਾਲ ਦਾ ਵਕਫਾ ਬੀਤ ਗਿਆ ਯਾਰ। ਆਖਰੀ ਸਾਲ ਵੈਸੇ ਚੋਣਾਂ ਦੀ ਤਿਆਰੀ 'ਚ ਨਿਕਲ ਜਾਂਦਾ, 1.5 ਸਾਲ ਰਹਿ ਗਿਆ। 1.5 ਸਾਲ ਦਾ ਵੀ ਕਿਉਂ, ਫਰਵਰੀ 'ਚ ਇਲੈਕਸ਼ਨ ਹੁੰਦੇ, ਹਾਂ 1.5 ਸਾਲ ਰਹਿ ਗਿਆ ਕਰੀਬ, 9 ਅਕਤੂਬਰ ਨੂੰ, ਹਾਂ 10-12, ਠੀਕ ਹੈ 1.5 ਸਾਲ ਦੇ ਕਰੀਬ ਰਹਿ ਗਿਆ। ਅਤੇ 1.5 ਸਾਲ ਦੇ ਵਿੱਚ ਤੁਸੀਂ ਲੋਕਾਂ ਨੂੰ ਜਿਹੜਾ ਇੰਨਾ ਐਂਟੀ ਨਿਕੰਬੈਂਸੀ ਹੈ, ਸੱਤਾ ਵਿਰੋਧੀ ਲਹਿਰ ਹੈ, ਇਹਨੂੰ ਖਤਮ ਵੀ ਕਰਨਾ ਕਿੱਦਾਂ, ਮੈਨੂੰ ਇਹ ਦੱਸੋ। ਹੁਣ ਅਸਲ 'ਚ ਦਿੱਲੀ ਵਾਲੇ ਆਪਣਾ ਅਲੱਗ ਪਰੇਸ਼ਾਨ ਹੈ, ਉਹਨਾਂ ਦੇ ਦੇਖੋ ਜਿੰਨੀ ਉਹਨਾਂ ਦੀ ਟੀਮ ਦੇ ਲੀਡਰ ਹੈ ਤਗੜੇ, ਉਹ ਸਾਰੇ ਖੁੱਡੇ ਲੈਣ। ਪ੍ਰੋਫੈਸਰ ਬਲਜਿੰਦਰ ਕੌਰ ਖੁੱਡੇ ਲੈਣ, ਉਹਨੂੰ ਕੁਝ ਨਹੀਂ ਮਿਲਿਆ। ਦੂਜੀ ਵਾਰ MLA ਰਹੀ ਆ, ਇੱਥੇ ਨਵੇਂ ਨਵੇਂ ਬਣੇ ਚਿਹਰਿਆਂ ਨੂੰ ਮੰਤਰੀ ਲਾ ਦਿੱਤਾ, ਖੁੱਡੇ ਲਾਈਨ। ਅਮਨ ਅਰੋੜਾ ਸਟੇਸ਼ਨਰੀ ਮੰਤਰੀ, ਸਟੇਸ਼ਨਰੀ ਮੰਤਰੀ ਸਮਝਦੇ ਹੋ, ਕਾਪੀਆਂ ਜਿਹੜੀਆਂ ਕਿਤਾਬਾਂ ਕਤੂਬਾਂ ਛੱਪਦੀਆਂ ਜਾਂ ਸਟੇਸ਼ਨਰੀ ਛੱਪਦੀ, ਉਹਦਾ ਮੰਤਰੀ, ਡਿਪਾਰਟਮੈਂਟ ਹੀ ਹੈ ਨਹੀਂ। ਲਾਲਜੀਤ ਭੁੱਲਰ NRI ਮੰਤਰੀ, ਦੱਸੋ ਮੈਨੂੰ ਕਿਹੜਾ NRI, ਇੱਥੇ ਡਿਪਾਰਟਮੈਂਟ ਹੀ ਹੈ ਨਹੀਂ, ਕਿਹੜਾ ਜ਼ਿਲ੍ਹੇ ਦਾ NRI ਅਫਸਰ ਹੈਗਾ? ਉਹ ਜਿਹੜੇ ਜੇ ਪੁਲਿਸ ਵਾਲੇ NRI ਅਫਸਰ ਹੈਗੇ ਉਹ ਹੋਮ ਮਿਨਿਸਟਰ ਦੇ ਥੱਲੇ ਆ। ਕੁੰਵਰ ਵਿਜੇ ਪ੍ਰਤਾਪ ਘਰ ਬੈਠੇ ਹੋਏ ਨੇ, ਠੀਕ ਹੈ। ਜਲੰਧਰ ਤੋਂ ਕੈਂਟ ਤੋਂ ਰਾਜਵਿੰਦਰ ਕੌਰ ਥਿਆੜਾ ਨੇ, ਇਹ ਵੀ ਦਿੱਲੀ ਦੀ ਕੇਜਰੀਵਾਲ ਦੀ ਟੀਮ ਦੇ ਲੀਡਰ ਨੇ, ਹਲਕਾ ਇੰਚਾਰਜ ਵੀ ਨੇ, ਦੁਆਬੇ ਦੇ ਸੈਕਟਰੀ ਵੀ ਨੇ। ਉਹ ਵੀ ਜਿਹੜਾ ਆਪਣੇ ਹਲਕੇ ਤੱਕ ਹੀ ਉਹ ਹੈਗਾ, ਕਿੰਨਾ ਕੁ ਉਹਨਾਂ ਨੂੰ ਜਿਹੜਾ ਵਾ ਪੰਜਾਬ ਦੇ ਵਿੱਚ ਉਹਦਾ ਕੋਈ ਦਿੱਤਾ ਗਿਆ ਜਿੱਦਾਂ ਉਹ ਡਿਜ਼ਰਵ ਕਰਦੇ ਸੀ। ਸੋ ਇਹ ਤਾਂ ਹੋਰ ਬਥੇਰੇ ਨੇ, ਜਿਹੜੇ 5-7 ਹੋਰ ਵੀ ਨੇ ਜਿਨ੍ਹਾਂ ਨਾਲ 10 ਜਿਹੜੇ ਦਿੱਲੀ ਦੀ ਟੀਮ ਦੇ ਨੇ, ਉਹ ਦਿਖਦਾ ਪਿਆ ਉਹਨਾਂ ਨਾਲ ਕੀ ਹੋਇਆ। ਆਖਿਰਕਾਰ ਯਾਰ ਆਪਾਂ ਸਰਕਾਰ ਬਣਾਈ ਹੈ 2022 'ਚ, ਸਾਰਿਆਂ ਨੇ ਮਿਲ ਕੇ ਬਣਾਈ ਹੈ, ਦਿੱਲੀ ਵਾਲਿਆਂ ਨੇ ਵੀ ਮਿਲਣੇ, ਪੰਜਾਬ ਦੇ ਲੋਕ ਵੀ ਮਿਲਣੇ, ਦਿੱਲੀ ਨੇ ਵੀ ਮਿਹਨਤ ਕੀਤੀ ਆ। ਹੁਣ ਕੈਪਟਨ ਅਮਰਿੰਦਰ ਸਿੰਘ ਦਾ ਵੀ ਤਾਂ ਇਹੀ ਹਾਲ ਸੀ, ਪਹਿਲਾਂ ਉਹ ਦਿੱਲੀ ਦੀ ਗੱਲ ਨਹੀਂ ਸੁਣਦੇ ਸੀ, ਬਾਅਦ ਦੇ ਵਿੱਚ ਉਹਨਾਂ ਨੂੰ ਦਿੱਲੀ ਦੀ ਗੱਲ ਸੁਣਨੀ ਪਈ, ਬਾਅਦ 'ਚ ਉਹਨਾਂ ਨੇ ਕੈਪਚਰ ਕੀਤਾ 2-3 ਸਾਲ। ਫਿਰ ਦਿੱਲੀ ਵਾਲਿਆਂ ਨੂੰ ਲੱਗਿਆ ਬਈ ਇਹ ਤਾਂ ਸਾਡੇ ਬੰਦੇ ਸਾਰੇ ਹੀ ਖਤਮ ਕਰਤੇ ਇਹਨਾਂ ਨੇ, ਬਈ ਚੀਕਾਂ ਮਾਰਨ ਲੱਗ ਪਏ ਉੱਤੇ ਜਾ ਕੇ, ਬਈ ਇਹ ਤਾਂ ਖਤਮ ਹੋ ਜਾਊਗੀ ਪਾਰਟੀ ਸਾਰੀ। ਅਤੇ ਆਖਿਰਕਾਰ ਪਾਰਟੀ ਜਿਹੜੀ ਆ ਸੁਪਰੀਮ ਹੁੰਦੀ ਆ, ਪਹਿਲੀ ਗੱਲ ਨੂੰ ਇਹ ਸਮਝਣਾ ਚਾਹੀਦਾ ਕਿ ਪਾਰਟੀ ਸੁਪਰੀਮ ਹੈ, ਪਾਰਟੀ ਤੋਂ ਉੱਪਰ ਕੋਈ ਨਹੀਂ ਹੈ। ਜੇ ਤੁਹਾਡੇ ਸਾਹਮਣੇ ਮੱਧ ਪ੍ਰਦੇਸ਼ ਦੇ ਵਿੱਚ ਸਾਰੀ ਸਰਕਾਰ ਸ਼ਿਵਰਾਜ ਸਿੰਘ ਚੌਹਾਨ ਨੇ ਬਣਾਈ, ਲੇਕਿਨ ਪਾਰਟੀ ਨੇ ਉਹਨਾਂ ਨੂੰ ਨਹੀਂ ਉੱਥੇ ਲਗਾਇਆ ਮੁੱਖ ਮੰਤਰੀ, ਪਾਰਟੀ ਨੇ ਮਨੋਹਰ ਲਾਲ ਖੱਟਣ ਤੋਂ ਅਚਾਨਕ ਰਿਜ਼ਾਈਨ ਲੈ ਲਿਆ ਹਰਿਆਣੇ ਤੋਂ। ਰਾਜਸਥਾਨ 'ਚ ਵਸੁੰਧਰਾ ਰਾਜੇ ਸਿੰਧੀਆ ਨੂੰ ਲੱਗਦਾ ਸੀ ਮੈਂ ਮੁੱਖ ਮੰਤਰੀ ਬਣਨ ਜਾ ਰਹੀ ਹਾਂ, ਤਿਆਰੀ ਵੀ ਹੋ ਰਹੀ ਸੀ, ਨਹੀਂ ਬਣਾਇਆ। ਇਹ ਪਾਰਟੀਆਂ ਜਿਹੜੀਆਂ ਇਹਦਾ ਸੁਪਰੀਮ ਹੁੰਦੀਆਂ, ਪਾਰਟੀ ਨੇ ਜਿਹੜਾ ਡਿਸਾਈਡ ਕਰਤਾ ਉਹ ਫਾਈਨਲ ਹੁੰਦਾ। ਔਰ ਇਕੱਲਾ ਇਹ 'ਚ ਨਹੀਂ, ਉਹ ਸਾਰੀਆਂ ਪਾਰਟੀਆਂ 'ਚ ਇਹ ਹਾਲ ਹੈ। ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਿਆ, ਬਾਅਦ ਚਰਨਜੀਤ ਸਿੰਘ ਚੰਨੀ ਨੂੰ ਲਗਾਇਆ, ਭਾਵੇਂ ਬੇਸ਼ੱਕ ਨਾਰਾਜ਼ ਹੋ ਕੇ ਚਲੇ ਗਏ BJP 'ਚ, ਲੇਕਿਨ ਪਾਰਟੀ ਨੇ ਤਾਂ ਤੱਕ ਦਿਖਾਈ ਨਾ ਆਪਣੀ। ਅਤੇ ਪਾਰਟੀਆਂ ਨੇ ਹੀ ਲੀਡਰ ਬਣਾਉਣੇ ਹੁੰਦੇ ਆ, ਸਿੰਬਲ 'ਤੇ ਜਿੱਤੇ ਆ ਝਾੜੂ 'ਤੇ। ਪੰਜਾਬ ਦੇ ਜਿੰਨੇ 91 MLA ਆ ਉਹਨਾਂ ਨੂੰ ਪਤਾ ਸੀ ਝਾੜੂ ਦੀ ਹਵਾ 'ਤੇ ਜਿੱਤੇ ਆ। ਇਹ ਜਿਹੜਾ ਵਾ ਪੰਜਾਬ ਦੇ ਵਿੱਚ ਬਦਲਾਵ ਦਾ ਨਾਰਾ ਲੱਗਿਆ, ਅਰਵਿੰਦ ਕੇਜਰੀਵਾਲ ਹੋਰਾਂ ਦੀ ਮਿਹਨਤ ਲੱਗੀ, ਸੰਦੀਪ ਪਾਠਕ ਦੀ ਮਿਹਨਤ ਲੱਗੀ, ਮਨੀਸ਼ ਸਿਸੋਦੀਆ ਦੀ ਲੱਗੀ, ਭਗਵੰਤ ਮਾਨ ਦੀ ਲੱਗੀ। ਇਕੱਲਾ ਇੱਕ ਬੰਦਾ 92 MLA ਨਹੀਂ ਜਿਤਾ ਸਕਦਾ।
ਠੀਕ ਹੈ ਨਾ, ਇਹ ਸਾਰਿਆਂ ਦਾ ਹੈਗਾ। ਇਸ ਕਰਕੇ ਜਦੋਂ ਤੁਸੀਂ ਪਾਰਟੀ ਨੂੰ ਹਮੇਸ਼ਾ ਉਹਦੀ ਪੂਰੀ ਰਿਸਪੈਕਟ ਅਤੇ ਤਰਜੀਹ ਦੇਣੀ ਚਾਹੀਦੀ ਹੈ ਪਾਰਟੀਆਂ ਦੇ ਵਿੱਚ ਲੀਡਰ। ਮੈਂ ਤੁਹਾਨੂੰ ਇੱਕ ਵਾਰ ਸੁਣਾਈ ਸੀ ਨਾ ਗੱਲ ਕਿ ਮੈਂ ਇੱਥੇ ਦੀ ਸੁਣਾ ਦਿੰਦਾ, ਚਲੋ ਮਨੋਰੰਜਨ ਕਾਲੀਆ ਪੰਜਾਬ ਦੇ ਬੜੇ ਪਾਵਰਫੁੱਲ ਲੋਕਲ ਬਾਡੀ ਮਿਨਿਸਟਰ ਸੀ 2007 ਤੋਂ 2012 ਦੇ ਟੈਨਿਊਰ ਦੀ ਗੱਲ ਕਰ ਰਿਹਾ। 2011 'ਚ ਅਚਾਨਕ ਇਹਨਾਂ ਕੋਲ ਰਿਜ਼ਾਈਨ ਲੈ ਲਿਆ ਗਿਆ, ਘਰ ਬਿਠਾ ਦਿੱਤਾ ਗਿਆ, ਘਰ ਬੈਠੇ ਰਹੇ, ਬੋਲੇ ਥੋੜ੍ਹਾ, ਛੱਡ ਤਾ, ਕਹਿੰਦੇ ਰਿਜ਼ਾਈਨ ਦੇ ਤਾ, ਕਹਿੰਦੇ ਪਾਰਟੀ ਸੁਪਰੀਮ ਹੈ, ਛੱਡ ਕੇ ਬੈਠ ਕੇ ਕਰ। 2012 'ਚ MLA ਬਣੇ, 17 ਤੱਕ MLA ਰਹੇ, ਮਿਨਿਸਟਰੀ ਨਹੀਂ ਦਿੱਤੀ, ਫਿਰ ਵੀ ਘਰ ਸ਼ਾਂਤ ਰਹੇ ਬੈਠੇ। ਇਸ ਕਰਕੇ ਡਿਸਿਪਲਿਨਡ ਪਾਰਟੀਆਂ ਦੇ ਵਿੱਚ ਪਰਿਵਰਤਨ ਚੱਲਦਾ ਰਹਿੰਦਾ। ਇਹਦੇ 'ਚ ਕੋਈ ਉਹ ਨਹੀਂ ਹੁੰਦਾ ਕਿ ਯਾਰ ਕੁਰਸੀ ਇੱਕ ਦੀ ਥੋੜ੍ਹਾ ਹੁੰਦੀ ਆ, ਕਦੀ ਨਹੀਂ ਹੁੰਦੀ। ਹੁਣ ਇਹ ਜਦੋਂ ਤੁਸੀਂ ਪਰਿਵਰਤਨ ਨਹੀਂ ਕਰੋਗੇ, ਪਾਰਟੀਆਂ ਦੀ ਕੁਰਸੀਆਂ 'ਤੇ ਚਿਪਕ ਕੇ ਬਹਿ ਜਾਓਗੇ, ਫਿਰ ਸਰਦਾਰ ਸੁਖਬੀਰ ਸਿੰਘ ਵਰਗਾ ਹਾਲ ਹੁੰਦਾ। ਤੁਸੀਂ ਦੇਖ ਲਓ ਪਾਰਟੀ ਕਿਸ ਮੁਹਾਣੇ 'ਤੇ ਖੜ੍ਹੀ ਹੋ ਗਈ ਆ ਕਿ ਉਹਨਾਂ ਕੋਲ MLA ਜਿਹੜੇ ਆ ਸਿਰਫ 2 MLA ਰਹਿ ਗਏ ਆ। ਤੀਸਰੀ ਜਿਹੜੀ ਗੱਲ ਹੈ, ਕਾਂਗਰਸ 'ਚ ਵੀ ਦੇਖੋ ਤੁਸੀਂ, ਨਵਜੋਤ ਸਿੱਧੂ ਦਾ ਦੌਰ ਸੀ, ਉਹ ਵੀ ਖਤਮ ਹੋ ਗਿਆ, ਰਾਜਾ ਵੜਿੰਗ ਆ ਗਏ, ਰਾਜਾ ਵੜਿੰਗ ਦਾ ਦੌਰ ਚੱਲਦਾ ਪਿਆ, ਇਹ ਵੀ ਖਤਮ ਹੋ ਜਾਣਾ ਵਾ। ਇਸ ਕਰਕੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਆ ਰਾਜਾ ਵੜਿੰਗ, ਕੋਈ ਹੋਰ ਆ ਗਿਆ, ਹੁਣ ਨਵਾਂ ਲਾ ਦਿੱਤਾ ਉਹਨਾਂ ਨੇ, ਇਹ ਚੱਲਦਾ ਰਹਿੰਦਾ। ਇਸ ਕਰਕੇ ਇਹਦੇ ਉੱਤੇ ਜ਼ਿਆਦਾ ਉਹ ਨਹੀਂ ਹੁੰਦਾ ਕਿ ਮਤਲਬ, ਜਿਹੜਾ ਮੈਨੂੰ ਵੀ ਸਮਝਦਾ ਕਿ ਪਾਰਟੀ ਵੀ ਦੇਖਦੀ ਹੈ, ਠੀਕ ਹੈ 2-2.5 ਸਾਲ ਅਸੀਂ ਕਰਾ ਲਿਆ, ਹੁਣ ਕਿੰਨੇ ਮੰਤਰੀ ਆ, ਸਰਦਾਰ ਬਲਕਾਰ ਸਿੰਘ ਹੁਣ ਚਲੇ ਗਏ ਆ, ਤੁਹਾਡੇ ਸਾਹਮਣੇ ਬ੍ਰਹਮ ਸ਼ੰਕਰ ਜਿੰਪਾ ਚਲੇ ਗਏ ਨੇ, ਇੰਦਰਵੀਰ ਨਿੱਜਰ ਕੁਰਸੀ ਤੋਂ ਉਤਾਰੇ ਗਏ ਨੇ, ਇਹ ਚੱਲਦਾ ਰਹਿੰਦਾ ਪਰਿਵਰਤਨ ਦਾ। ਲੇਕਿਨ ਗੱਲ ਇਹ ਹੈ ਕਿ ਇੱਕ ਲਾਈਨ 'ਚ ਮੇਰੀ ਗੱਲ ਬੜੀ ਸੰਕਸ਼ਿਪਤ ਜੀ ਹੈਗੀ ਆ ਕਿ ਪਾਰਟੀ ਹਮੇਸ਼ਾ ਸੁਪਰੀਮ ਰਹਿੰਦੀ ਹੈ, ਪ੍ਰੋਟੋਕੋਲ ਵੀ ਇਹੀ ਕਹਿੰਦਾ। ਡਾਕਟਰ ਸਾਹਿਬ, ਲੰਘੇ ਕਾਲ ਤੋਂ ਨਾ, ਜਦੋਂ ਤੋਂ ਉਹ ਖਾਸ ਕਰਕੇ ਉਹ ਇੰਟਰਵਿਊਜ਼ ਚੱਲੀਆਂ ਪ੍ਰਗਟ ਸਿੰਘ ਦੀਆਂ, ਉਦੋਂ ਤੋਂ ਨਾ ਇੱਕ ਗੱਲ ਬੜੀ ਚੱਲੀ ਕਿ ਕੀ ਪ੍ਰਗਟ ਸਿੰਘ ਆਪ ਗਏ ਜਾਂ ਉਹਨਾਂ ਨੂੰ ਬੁਲਾਇਆ ਗਿਆ, ਉਹ ਵੀ ਇੱਕ ਵਾਰ ਕਲੀਅਰ ਕਰ ਦਿਓ ਕੀ ਫੈਕਟ ਹੈ। ਯਾਰ ਦੇਖੋ, ਗੱਲ ਨਹੀਂ ਸਮਝਦੇ, ਇਹ ਤਾਂ ਹੁਣ ਦੋਨਾਂ ਦੇ ਆਪਸੀ ਅੰਦਰ ਦੀ ਗੱਲ ਹੈ, ਨਾ ਤਾਂ ਮੈਨੂੰ ਉਹਨਾਂ ਨੇ ਦੱਸਣੀ ਸਰਦਾਰ ਪ੍ਰਗਟ, ਭਾਵੇਂ ਜਿੰਨੇ ਮਰਜ਼ੀ ਮੇਰੇ ਮਿੱਤ ਹੋਣ ਮਿੱਤਰ ਹੋਣ, ਪਰ ਉਹ ਇੱਦਾਂ ਦੀ ਗੱਲ ਨਹੀਂ ਦੱਸਦੇ। ਲੇਕਿਨ ਜੋ ਇਸ਼ਾਰੇ ਦੱਸਦੇ ਪਏ ਆ, ਜੋ ਸਰਕਮਸਟਾਂਸਿਸ ਮਾਹੌਲ ਦੱਸਦੇ ਪਏ ਆ ਕਿ ਜਦੋਂ 4 ਦਿਨ ਅਲੱਗ ਥਲੱਗ ਪੈ ਗਏ, ਆਪਣੀ ਪਾਰਟੀ ਨੇ ਨਹੀਂ ਸਾਥ ਦਿੱਤਾ, ਫਿਰ ਸਹਾਰਾ ਤਾਂ ਕਿਸੇ ਦਾ ਲੈਣਾ ਹੀ ਪੈਂਦਾ। ਪਾਠਕ ਸਾਹਿਬ ਨੇ ਜਿਹੜੀ ਸ਼ਰਾਰਤ ਭਾਂਪੀ ਹੈ, ਫਿਰ ਉਹ CM ਸਾਹਿਬ ਦੀ ਹੋ ਗਈ? ਸ਼ਰਾਰਤ ਨਹੀਂ ਭਾਂਪੀ, ਰਾਜਨੀਤਿਕ, ਇਹਨੂੰ ਆਪਾਂ ਸ਼ਰਾਰਤ ਵਰਡ ਨਾ ਯੂਜ਼ ਕਰੀਏ ਚੰਗਾ ਨਹੀਂ ਲੱਗਦਾ, ਕਿਉਂਕਿ ਇਹ ਰਾਜਨੀਤੀ ਦਾ ਪਾਰਟ ਹੈ। ਮੈਂ ਤੁਹਾਨੂੰ ਹੁਣੇ ਦੱਸਿਆ ਓਪੋਜੀਸ਼ਨ ਨੂੰ ਕਿੱਦਾਂ ਵਰਤਿਆ ਜਾਂਦਾ, ਓਪੋਜੀਸ਼ਨ ਨਾਲ ਕਿੱਦਾਂ ਕਿੱਦਾਂ ਮਾਹੌਲ ਬਣਾਇਆ ਜਾਂਦਾ। ਯਾਰ ਹੁਣੇ ਇਹ ਤਾਜ਼ੀ ਗੱਲ ਹੈ, ਆ ਹਰਜੋਤ ਬੈਂਸ ਹੋਰਾਂ ਦੇ ਖਿਲਾਫ ਕੰਪਲੇਂਟ ਹੁੰਦੀ ਹੈ, ਕੰਪਲੇਂਟ ਬਾਹਰ ਵੀ ਆ ਜਾਂਦੀ ਹੈ, ਅਤੇ ਕੰਪਲੇਂਟ 'ਤੇ ਪ੍ਰੈਸ ਕਾਨਫਰੰਸ ਸੁਖਪਾਲ ਖਹਿਰਾ ਕਰਦੇ ਨੇ। ਹਰਜੋਤ ਬੈਂਸ ਦੇ ਡਿਪਾਰਟਮੈਂਟ 'ਚ ਬਦਲੀਆਂ ਹੁੰਦੀਆਂ, ਉਹਨਾਂ ਦੇ PA ਆਪਣੇ ਰਿਸ਼ਤੇਦਾਰਾਂ ਦੇ, ਉਹ ਜਿਹੜੀਆਂ ਔਨਲਾਈਨ ਬਦਲੀਆਂ ਹੁੰਦੀਆਂ ਉਹ ਲਿਸਟ ਬਾਹਰ ਆਉਂਦੀ ਆ, ਉਹ ਸੁਖਪਾਲ ਖਹਿਰਾ ਪ੍ਰੈਸ ਕਾਨਫਰੰਸ ਕਰਦੇ ਨੇ, ਅਤੇ ਹਰਜੋਤ ਬੈਂਸ ਠੰਡੇ ਹੋ ਕੇ ਬੈਠ ਗਏ, ਵਿਚਾਰੇ ਬੈਠ ਗਏ ਨਾ, ਉਹ ਦਿੱਲੀ ਦੇ ਬੰਦੇ ਆ। ਡਾਕਟਰ ਸਾਹਿਬ, ਇਹ ਵੀ ਦੱਸਿਓ, ਹੁਣ ਜਿਵੇਂ ਆਪਾਂ ਵਾਰ ਵਾਰ ਇਸ ਗੱਲ ਨੂੰ ਕੋਟ ਜ਼ਰੂਰ ਕੀਤਾ ਕਿ 4 ਦਿਨ ਹੋ ਗਏ ਕੋਈ ਆਇਆ ਨਹੀਂ, 4 ਦਿਨ ਹੋ ਗਏ ਕੋਈ ਆਇਆ ਨਹੀਂ, ਹੈਰਾਨੀ ਦੀ ਗੱਲ ਹੈ ਆਮ ਤੌਰ ਦੇ ਉੱਤੇ ਜਦੋਂ ਵੀ ਕੋਈ ਮੰਤਰੀ ਕੋਈ MLA ਵਿਚਰਦਾ, ਉਹ ਕਹਿੰਦਾ ਕਿ ਮਾਨ ਸਾਹਿਬ ਇੱਦਾਂ ਚਾਹੁੰਦੇ ਹੈ, DGP ਸਾਹਿਬ ਕਹਿੰਦੇ ਕਿ ਮਾਨ ਸਾਹਿਬ ਇੱਦਾਂ ਚਾਹੁੰਦੇ ਆ, ਪਰ ਇਸ ਦੇ ਬਾਵਜੂਦ ਕੋਈ MLA ਨਹੀਂ ਮਿਲਣ ਗਿਆ, ਕੋਈ ਮੰਤਰੀ ਨਹੀਂ ਮਿਲਣ ਗਿਆ। ਪਾਰਟੀ ਸੁਪਰੀਮ ਹੁੰਦੀ ਹੈ ਯਾਰ, ਪਾਰਟੀ ਉੱਪਰੋਂ ਹੁਕਮ ਸੀ ਕੋਈ? ਮੈਨੂੰ ਇਹ ਦੱਸੋ ਯਾਰ, ਗੱਲ ਨਹੀਂ ਸਮਝਦੇ ਵੀ ਪਾਰਟੀ ਹੁਕਮ ਨਹੀਂ ਹੁੰਦਾ, ਪਾਰਟੀ ਦੇ ਵਿੱਚ ਹੀ ਦੇਖਿਆ ਜਾਂਦਾ ਬਈ ਕੀ ਚੱਲ ਰਿਹਾ। ਸਿਆਸਤ ਇੱਕ ਇੱਦਾਂ ਦੀ ਚੀਜ਼ ਹੈ ਜਿਸ ਕਾ ਰਾਜ ਉਸਕੋ ਸਲਿਊਟ,
ਬਿਊਰੋਕਰੇਸੀ ਵੀ ਉੱਥੇ ਖੜ੍ਹੀ ਹੋ ਜਾਂਦੀ ਹੈ ਵੀ ਜੇ ਸੀ ਐੱਮ ਬਦਲ ਰਿਹਾ ਤਾਂ ਅਸੀਂ ਉੱਧਰ ਦੇਖਣਾ ਸ਼ੁਰੂ ਕਰੀਏ ਕਿਉਂਕਿ ਉਹ ਸਰਕਾਰ ਦੇ ਪੁੱਤ। ਤੁਸੀਂ ਬੜੀ ਕੰਕਰੀਟ ਗੱਲ ਕਰ ਦਿੱਤੀ ਹੈ, ਸਰਕਾਰ ਦੇ ਪੁੱਤ ਹੁੰਦੇ ਨਾ, ਸਰਕਾਰ ਨੂੰ ਸਲਿਊਟ ਕਰਨਾ ਹੁੰਦਾ, ਉਹ ਚੇਅਰ ਨੂੰ ਸਲਿਊਟ ਹੁੰਦਾ। ਯਾਰ ਇੱਥੇ ਸਬ ਇੰਸਪੈਕਟਰ ਇੱਕ ਸਰਹਾਲੀ ਸੀ, ਹਾਂ ਇੱਕ ਸਬ ਇੰਸਪੈਕਟਰ ਰਿਟਾਇਰ ਹੋ ਕੇ ਸਰਹਾਲੀ ਮੰਤਰੀ ਬਣ ਗਏ, ਹੁਣ ਉਹਨਾਂ ਨੂੰ ਲਾਹ ਵੀ ਦਿੱਤਾ ਗਿਆ ਥੋੜ੍ਹੇ ਦਿਨ। ਮੰਤਰੀ ਬਣੇ, ਰਿਟਾਇਰਡ ਸਬ ਇੰਸਪੈਕਟਰ ਸੀ, ਐਸ ਐਸ ਪੀ ਨੂੰ ਉਹਨੂੰ ਸਲੂਟ ਕਰਨਾ ਪਿਆ। ਅਤੇ ਮੈਂ ਅਫਸਰਾਂ ਨੂੰ ਪੁੱਛਿਆ, ਯਾਰ ਬੜਾ ਡਿਫੀਕਲਟ ਨਹੀਂ ਹੁੰਦਾ ਸਲੂਟ ਕਰਨਾ, ਮਤਲਬ ਇਹ ਤਾਂ ਤੁਹਾਡੇ ਬਾਹਰ ਦਰਵਾਜ਼ੇ ਦੇ ਫਾਈਲਾਂ ਲੈ ਕੇ ਖੜ੍ਹੇ ਰਹਿੰਦੇ। ਕਹਿੰਦੇ ਯਾਰ ਇਟਸ ਏ ਪ੍ਰੋਟੋਕੋਲ, ਵੀ ਹੈਵ ਸਲਿਊਟ ਟੂ ਚੇਅਰ ਨੋਟ ਪਰਸਨ। ਅਸੀਂ ਕਹਿੰਦੇ ਬੰਦੇ ਨੂੰ ਸਲੂਟ ਨਹੀਂ ਕਰਦੇ, ਅਸੀਂ ਚੇਅਰ ਨੂੰ ਸਲੂਟ ਕਰਦੇ ਹਾਂ। ਅਤੇ ਉਹ ਚੇਅਰ 'ਤੇ, ਸੀ ਐੱਮ ਦੀ ਚੇਅਰ 'ਤੇ ਜਿਹੜਾ ਬੈਠੇਗਾ, ਜਿਹੜਾ ਮੰਤਰੀ ਦੀ ਚੇਅਰ 'ਤੇ ਬੈਠੇਗਾ, ਸਲੂਟ ਤਾਂ ਉਹਨੂੰ ਕੀਤਾ ਜਾਂਦਾ ਚੇਅਰ ਨੂੰ। ਅਤੇ ਸਰਕਾਰ ਜਿਹੜੀ ਟੋਟਲ ਬਿਊਰੋਕਰੇਸੀ ਆ, ਉਹ ਚੇਅਰ ਨੂੰ, ਚੇਅਰ ਵੱਲ ਦੇਖਦੀ ਆ, ਉਹ ਬੰਦੇ ਵੱਲ ਨਹੀਂ ਦੇਖਦੀ। ਠੀਕ ਹੈ ਨਾ, ਬੰਦਿਆਂ ਦੇ ਰਿਸ਼ਤੇ ਹੁੰਦੇ, ਬੰਦੇ ਤਾਂ ਬਦਲਦੇ ਰਹਿੰਦੇ ਆ। ਪੰਜਾਬ ਦੇ ਡੀ ਜੀ ਪੀ ਜਿਹੜੇ ਨੇ ਬੜੇ ਸਮਝਦਾਰ ਨੇ, ਕੋਈ ਨਵਾਂ ਸੀ ਐੱਮ ਲੱਗੇਗਾ, ਉਹਨਾਂ ਦਾ ਪ੍ਰੋਟੋਕੋਲਾਂ ਨੂੰ ਸਲੂਟ ਕਰਨਾ, ਉਹਨਾਂ ਵੱਲੋਂ ਪੰਜਾਬ ਕਿੱਦਾਂ ਚਲਾਉਣਾ। ਉਹ ਡੀ ਜੀ ਪੀ ਸਾਹਿਬ ਜਿਹੜਾ ਹੁਣ ਬਣ ਗਏ ਡਾਕਟਰ ਸਾਹਿਬ, ਕਿ ਹੁਣ ਲੱਗ ਸਕਦੇ ਨਵਾਂ ਮੁੱਖ ਮੰਤਰੀ ਬਣ ਸਕਦਾ? ਦੇਖੋ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ, ਜਿਹੜੇ ਲੋਕ ਸਭਾ ਦੇ ਰਿਜ਼ਲਟ ਹੈ ਨਾ, ਉਹ ਤੋਂ ਬਾਅਦ ਪਾਰਟੀ ਦੇ ਵਿੱਚ ਲੀਡਰਸ਼ਿਪ ਹਾਈ ਕਮਾਨ ਦੇ ਵਿੱਚ ਬਹੁਤ ਨਿਰਾਸ਼ਾ ਪੈਦਾ ਹੋਈ ਆ ਕਿ ਪੰਜਾਬ ਜਿੱਥੇ 92 ਸੀਟਾਂ ਆਈਆਂ ਹੁਣ, ਉਹ 2.5 ਸਾਲਾਂ 'ਚ 35-37 ਸੀਟਾਂ 'ਤੇ ਆ ਜਾਏ, 1/3 ਰਹਿ ਜਾਣ। ਅਤੇ ਜੇ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਤਾਂ ਕੀ ਹਾਲ ਹੋਏਗਾ? ਅਤੇ ਪਾਰਟੀ ਦਾ ਸੋਚਣਾ ਤਾਂ ਫਰਜ਼ ਹੈ ਨਾ, ਹਾਈਕਮਾਨ ਦਾ ਸੋਚਣਾ ਫਰਜ਼ ਹੈ। ਹਾਈਕਮਾਨ ਤਾਂ ਪਾਰਟੀ ਦਾ ਮਾਂ ਹੁੰਦੀ ਹੈ, ਮਾਂ ਨੇ ਨਹੀਂ ਪੁੱਤ ਬਾਰੇ ਸੋਚਣਾ ਫਿਰ ਕਿੰਨੇ ਸੋਚਣਾ? ਸੋ ਉਹਨਾਂ ਨੇ ਤਾਂ ਸੋਚਣਾ। ਅਤੇ ਜੇ ਉਹਨਾਂ ਨੂੰ ਲੱਗੇਗਾ ਕਿ ਇਹ ਐਂਟੀ ਇਨਕੰਬੈਂਸੀ ਜਿਹੜੀ ਅਸੀਂ 37 ਤੋਂ ਵਾਪਸ 70 ਦੇ ਉੱਤੇ 75 'ਤੇ ਆ ਸਕਦੇ ਹਾਂ, ਅਤੇ ਭਗਵੰਤ ਮਾਨ ਜੀ ਦੇ ਨਾਲ ਆ ਸਕਦੇ ਹਾਂ, ਅਤੇ ਉਹ ਜ਼ਰੂਰ ਇਹਨਾਂ ਨੂੰ ਕੈਰੀ ਔਨ ਕਰਨਗੇ। ਅਤੇ ਜੇ ਲੱਗੇਗਾ ਕਿ ਨਹੀਂ, ਇਹਨਾਂ ਦੇ ਵਿਰੋਧ ਲੋਕਾਂ ਨੇ ਦੇਖ ਲਿਆ, ਇਹਨਾਂ ਨੂੰ ਪਰਖ ਲਿਆ 2.5 ਸਾਲ, ਲੋਕਾਂ ਨੂੰ ਰਿਜ਼ਲਟ ਨਹੀਂ ਮਿਲੇ ਬੇਅਦਬੀਆਂ 'ਤੇ, ਡਰੱਗਸ 'ਤੇ, ਗੈਂਗਸ 'ਤੇ, ਫਿਰੌਤੀਆਂ 'ਤੇ ਨਹੀਂ ਰਿਜ਼ਲਟ ਸਹੀ ਮਿਲ ਰਹੇ, ਅਤੇ ਫਿਰ ਉਹ ਨੈਚੁਰਲੀ ਗੱਲ ਹੈ ਕਿ ਜਿਹੜਾ ਪਾਰਟੀ ਨੂੰ ਐੱਮ ਐੱਲ ਏ ਨੇ ਜਿਤਾਇਆ, ਉਹ ਜਾ ਕੇ ਰੋਣਗੇ ਨਾ ਐੱਮ ਐੱਲ ਏ, ਬਈ ਅਸੀਂ ਅਗਲੀ ਵਾਰੀ ਵੀ ਜਿੱਤਣਾ ਜੀ, ਲੋਕਾਂ 'ਚ ਕਿੱਦਾਂ ਵੋਟ ਮੰਗਾਂਗੇ। ਫਿਰ ਉੱਥੇ ਆ ਕੇ ਪਾਰਟੀ ਨੂੰ ਡਿਸੀਜਨ ਲੈਣੇ ਪੈਂਦੇ ਆ ਕਿ ਮੁੱਖ ਮੰਤਰੀ ਚੇਂਜ ਕਰ ਦਿਉ, ਨਵਾਂ ਮੁੱਖ ਮੰਤਰੀ ਲਿਆਓ ਜਿਹੜਾ ਸੂਬੇ ਦੇ ਵਿੱਚ ਆਹ ਚੀਜ਼ਾਂ ਨੂੰ ਖੜ੍ਹਾ ਕਰ ਸਕੇ। ਹੁਣ ਅੱਜ ਬੀ ਜੇ ਪੀ ਖੱਟਰ ਨੂੰ ਲਾ ਕੇ ਦੁਬਾਰਾ ਮੈਦਾਨ 'ਚ ਫਾਈਟ ਕਰਨ ਜੋਗੀ ਹੈ। ਜੇ ਖੱਟਰ ਸੀ ਐੱਮ ਰਹਿੰਦੇ ਤਾਂ ਬੀ ਜੇ ਪੀ ਕਿਤੇ ਫਾਈਟ ਹੀ ਨਹੀਂ ਕਰ ਸਕਦੀ ਸੀ, ਕਿਉਂਕਿ ਐਂਟੀ ਇਨਕੰਬੈਂਸੀ ਬਹੁਤ ਹੋ ਚੁੱਕੀ ਸੀ। ਅਤੇ ਇਸੇ ਕਰਕੇ ਉਹਨਾਂ ਨੇ ਨਾਇਬ ਸਿੰਘ ਸੈਣੀ ਨੂੰ ਲਗਾਇਆ ਕਿ ਅਸੀਂ ਫਾਈਟ ਕਰਨ ਜੋਗੇ ਤਾਂ ਹੋ ਜਾਈਏ, ਅਸੀਂ ਘੱਟੋ ਘੱਟ ਫਾਈਟ ਤਾਂ ਕਰੀਏ। ਅਤੇ ਉਹ ਫਾਈਟ 'ਚ ਆ ਰਹੀ ਹੈ ਬੀ ਜੇ ਪੀ, ਅਤੇ ਅਦਰਵਾਈਜ਼ ਤਾਂ ਫਾਈਟ 'ਚ ਹੈ ਹੀ ਨਹੀਂ ਸੀ ਕਿਤੇ। ਇਸ ਕਰਕੇ ਸੱਤਾ ਦੀ ਜਿਹੜੀ ਵਿਰੋਧੀ ਲਹਿਰ ਹੈ ਉਹਨੂੰ ਕੁੰਦ ਕਰਨ ਲਈ, ਹਿੰਦੀ ਦਾ ਅਲਫਾਜ਼ ਹੈ ਕੁੰਦ, ਪੰਜਾਬੀ 'ਚ ਕਹਿੰਦੇ ਵੀ ਤੋੜਨ ਲਈ, ਦੂਜਾ ਅਲਫਾਜ਼ ਹੈ ਸੱਤਾ ਦੀ ਵਿਰੋਧੀ ਲਹਿਰ ਨੂੰ ਮੋੜਨ ਲਈ, ਜੋ ਹੋਰ ਠੇਠ ਪੰਜਾਬੀ 'ਚ ਕਹਿਣਾ ਖੁੰਡ ਕਰਨ ਲਈ, ਖੁੰਡ ਕਰਨ ਲਈ ਫਿਰ ਸੀ ਐੱਮ ਨੂੰ ਬਦਲਣਾ ਪੈਂਦਾ। ਮੈਂ ਅੰਤਲਾ ਸਵਾਲ ਪੁੱਛਾਂਗਾ ਡਾਕਟਰ ਸਾਹਿਬ, ਕੀ ਕੋਈ ਨਾਮ ਚੱਲ ਰਿਹਾ, ਕਿਉਂਕਿ ਕੁਲਤਾਰ ਸੰਧਵਾਂ ਦਾ ਨਾਮ ਬੜਾ ਪ੍ਰਚਲਿਤ ਸੀ, ਬੜਾ ਜ਼ੋਰਾਂ ਸ਼ੋਰਾਂ ਨਾਲ ਕਹਿ ਰਹੇ। ਆਮ ਆਦਮੀ ਪਾਰਟੀ 'ਚ ਕਿਹਨੂੰ ਮੰਤਰੀ ਬਣਾ ਦੇਣਾ ਅਤੇ ਕਿਹਨੂੰ ਮੁੱਖ ਮੰਤਰੀ ਬਣਾ ਦੇਣਾ, ਇਹ ਉਹਨਾਂ ਦੇ ਫੈਸਲੇ ਹੀ ਅਜੀਬੋ ਗਰੀਬ ਹੁੰਦੇ ਆ। ਤੁਸੀਂ ਇਹ ਦੇਖੋ, ਉਹ ਹੋ ਸਕਦਾ ਕਿਸੇ ਨੂੰ ਵੀ ਅਨਾਊਂਸ ਕਰ ਦੇਣ, ਉਹਨਾਂ ਦਾ ਕੁਛ ਨਹੀਂ ਕਿਹਾ ਜਾ ਸਕਦਾ। ਪਾਰਟੀ ਯਾਰ ਸੁਪਰੀਮ ਹੈ, ਉਹਨਾਂ ਨੂੰ ਲੱਗੇਗਾ ਕਿ ਸਾਨੂੰ ਇਹ ਚਿਹਰਾ ਪੰਜਾਬ ਨੂੰ ਦਿਸ਼ਾ ਦਸ਼ਾ ਦੇ ਸਕਦਾ, ਖੜ੍ਹਾ ਕਰ ਦੇਣਗੇ ਉਹਨੂੰ, ਉਹਦੇ 'ਚ ਕਰ ਦੇਣੇ, ਕੋਈ ਫਰਕ ਨਹੀਂ ਹੈਗਾ। ਹਾਂ, ਪੰਜਾਬ ਦੇ ਵਿੱਚ ਜ਼ਰੂਰ ਜੋ ਮੈਨੂੰ ਲੱਗਦਾ ਹੈ ਕਿ
ਜਿਵੇਂ ਦਰਕਨਾਰ ਹੋਏ ਆ ਪ੍ਰੋਫੈਸਰ ਬਲਜਿੰਦਰ ਕੌਰ, ਇਹਨਾਂ ਨੂੰ ਜ਼ਰੂਰ ਅਹਿਮ ਜ਼ਿੰਮੇਵਾਰੀ ਮਿਲੂਗੀ ਕਿਉਂਕਿ ਮੰਤਰੀ ਮੰਡਲ 'ਚ ਵੀ ਇੱਕ ਡਾਕਟਰ ਸਾਹਿਬ ਰਹਿ ਗਏ ਨੇ ਜਿਹੜੇ ਮੰਤਰੀ ਨੇ ਲੇਡੀਜ਼, ਅਦਰਵਾਈਜ਼ 3 ਲੇਡੀਜ਼ ਤਾਂ ਜ਼ਰੂਰ ਚਾਹੀਦੀਆਂ। ਮੈਨੂੰ ਲੱਗਦਾ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਵੀ ਕੋਈ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਹ ਫਿਲਹਾਲ ਹਾਲਾਤ ਨੇ ਔਰ ਆਉਂਦਾ ਸਮਾਂ ਪੰਜਾਬ ਨੂੰ ਲੈ ਕੇ, ਪੰਜਾਬ ਦੀ ਵਜ਼ਾਰਤ ਨੂੰ ਲੈ ਕੇ ਔਰ ਸੀਐਮ ਦੀ ਕੁਰਸੀ ਨੂੰ ਲੈ ਕੇ ਕੀ ਕੁਝ ਸਾਹਮਣੇ ਆਉਂਦਾ ਦੱਸਦੇ ਰਹਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਦੇ।